Hey you guys, once again, welcome to ज़्यादा चिट्टा हो गया. Welcome to another vlog. Copyright वाले नाल ही आए पीछे पीछे. Stupid. ਇੰਨਾ ਵਧੀਆ ਰਾਹ ਬਣਿਆ ਆ ਟੱਪ ਟੱਪ ਕਮਾਈ ਹੁੰਦੀ ਹੁੰਦੀ ਆਪਾਂ ਤਾਂ ਵੀ ਵਲੌਗ ਲਈ 11,000 ਨੀ ਦੇਣਾ ਸੀ ਹੈ ਨਾ. ਲੋਕੇਸ਼ਨ ਦੇਖੋ ਕਿੰਨੀ ਘੈਂਟ ਆ. ਅਸੀਂ ਆਪਣੀ ਤੀਜੀ ਮਿਊਜ਼ਿਕ ਵੀਡੀਓ ਇੱਥੇ ਸ਼ੂਟ ਕਰਨੀ ਆ. ਤੀਜੀ ਯੈਸ. ਉਹ ਅਸੀਂ ਲੋਕੇਸ਼ਨ ਪਹਿਲਾਂ ਲੱਭਦੇ ਹੁੰਦੇ ਹਾਂ, ਬਾਅਦ 'ਚ ਗਾਣਾ ਲਿਖਾਂਗੇ. ਠੀਕ ਆ, ਬਾਅਦ 'ਚ ਉਹਨੂੰ ਸਾਰੇ ਕੰਮ ਬਾਅਦ 'ਚ ਦਿਖਾ ਦੋ. ਸੀ ਫਿਰ ਇੰਦਰ ਕੀ ਦੇਖਣਾ ਤੂੰ ਹੇਅਰ ਸਟਾਈਲ ਕਿਉਂ ਫੋਟੋ ਲਈ ਉੱਤੇ ਚੱਕਿਆ ਸੀਗਾ, ਥੱਲੇ ਸੁੱਟਤਾ. ਦਿਖਾ ਲਓ ਕਿਹਦੀ ਫੋਟੋ ਖਿੱਚੀ. ਖਿੱਚੀ ਤਾਂ ਹੈ ਹੀ ਨਹੀਂ, ਮੈਂ ਤਾਂ ਵਲੌਗ ਸਟਾਰਟ ਕੀਤਾ ਸੀਗਾ, ਕੰਜਰਾਂ ਨੇ ਨਾਲ ਹੀ ਛੱਡਤਾ. ਦਿਖਾ ਦੇ ਲੋਕਾਂ ਨੂੰ ਕਿਹਦੀ ਫੋਟੋ ਖਿੱਚੀ. ਅੱਛਾ ਅੱਛਾ, ਫੋਟੋ ਇਹ ਬੰਦੇ ਦੀ. ਫਰੰਟ ਕੈਮਰਾ ਵਲੌਗ ਬਣਾ ਰਿਹਾ, ਏਦਾਂ ਕੀ ਕਰੀ ਜਾਂਦਾ ਮੈਨੂੰ ਕੀ ਪਤਾ. ਕਿਹਨੂੰ ਆਉਂਦੀ ਆ ਰਾਫਟਿੰਗ? ਮੈਨੂੰ. ਬੋਟ ਰੁਕਣੀ ਆ ਆ ਵੀ ਐ ਡਰ ਰਿਹਾ ਬੜਾ, ਇੱਥੇ 20 ਫੁੱਟ ਪਾਣੀ ਆ. ਬਾਹਰ ਕੱਢੀ ਡੰਡਾ, ਚੱਪੂ ਚੱਪੂ ਕੋਈ ਨਹੀਂ ਆ ਰਿਹਾ, ਕੋਈ ਡੰਡਾ ਫੜਾਇਆ ਇਹਨੂੰ. ਉੱਥੇ ਕਿਸ਼ਤੀ ਬੰਨਣ ਲਈ ਗੱਡਿਆ ਸੀਗਾ ਸਨੀ ਦੇ ਵਾਂਗੂ, ਜਿਵੇਂ ਨਲਕਾ ਪੱਟਦਾ ਆਪਾਂ ਡੰਡਾ ਪੱਟਤਾ. ਆਏ ਹਾਏ ਬਹੁਤ ਆ ਜਾਂਦੀ. ਮਹਾਰਾਜ ਕਹਾਂ ਪੇ ਜਾਣਾ ਚਾਹਤੇ ਹੈ ਆਪ? ਮਹਾਰਾਜ ਜਲਦੀ ਬਤਾਓ ਮਹਾਰਾਜ. ਉਹ ਵਧੀਆ ਰਿਕਾਰਡ ਕਰ ਰਿਹਾ ਸੀ ਮੈਂ. ਮਹਾਰਾਜ ਆਪਕੀ ਗੀਲੀ ਤੋਂ ਨਹੀਂ ਹੋਈ? ਸ਼ਾਬਾਸ਼ ਸ਼ਾਬਾਸ਼, ਬਹੁਤ ਵਧੀਆ. ਫਸਟ ਟਾਈਮ ਐਵਰ ਸ਼ਾਬਾਸ਼. ਛੋਟਾ ਪੱਤਾ ਸਿਰ ਯੇ ਸਿਖਾਏਂਗੇ ਹਮੇ ਇੱਕ ਬਾਈ ਇੱਕ ਤਾਂ ਯਾਰ ਮੈਂ ਬਿਨਾਂ ਸਿੱਖੇ ਕਰ ਲਿਆ. ਦੋ ਵੀ ਮੈਂ ਕਰ ਲਏ ਸੀ. ਆਹ ਚੱਕ ਓਏ ਪੱਥਰ ਲੈ ਕੇ ਆਓ, ਉਹ ਇਤਿਹਾਸਿਕ ਪੱਥਰ ਹੈ. ਕੱਚ ਇਹ ਤੈਰੇਗਾ? ਨਹੀਂ. ਉਹ ਮੈਨੂੰ ਲੱਗਿਆ ਜਿਸਨ ਦਾ ਫੋਨ ਗਿਆ. ਸਾਲੇ ਲੱਗਦਾ ਸਾਰੇ ਤੁਸੀਂ ਏਅਰ 'ਚ ਸਿੱਟ ਦੇਣੇ ਪਾਣੀ. ਚੱਲ ਸਫਾਈ ਹੋ ਜੂ ਇੱਥੇ, ਚਾਬੀ ਦੇ ਜਾ. ਵਲੌਗਰ ਕੀ ਜ਼ਿੰਦਗੀ, ਕਿਆ ਕੁਛ ਕਰਨਾ ਪੜਤਾ ਹੈ. ਅਭੀ ਇਹ ਕਰਵਾਏਗਾ ਫੋਟੋ ਸ਼ੂਟ. ਮੋੜੇ ਨੂੰ ਹੋਣਾ ਕਿਸ਼ਤੀ ਨੂੰ ਆਪਣੀ ਨੂੰ ਗਿਆ 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 ਕਿਸ਼ਤੀ ਜਾਂਦੀ ਜਾਣ ਦੋ, ਤੂੰ ਵੀ ਜਾਏਗਾ ਸਾਡੇ ਨਾਲ ਹੀ. ਨਹੀਂ ਮੈਂ ਤਾਂ ਆ ਜਾਊਂਗਾ ਵਾਪਸ. ਕਿਸ਼ਤੀ ਚੱਲ ਜੂਗੀ ਭਰਾਵਾ, ਮੈਂ ਕਿਤਨੀ ਵੀ ਸੀ ਵਾਪਸ. ਜਲਦੀ ਭੇਜ ਸਾਲੇ ਰੱਸੀ ਸੱਟ
ਉਹ ਬੈ ਓਏ ਇੱਧਰ ਨੂੰ ਚਲਾਈ ਦਾ ਇੱਧਰ ਨੂੰ ਯਾਰ ਓਏ ਸਾਲੇ ਫੁੱਦੂ ਆ ਤੂੰ ਯਾਰ ਰੂਬਲ ਸਾਲੇ ਆ ਉੱਥੇ ਰੱਸੀ ਦੂਜੇ ਨਾਲ ਲੱਗੀ ਹੋਈ ਆ ਕਿੱਧਰ ਉਹ ਵੀਡੀਓ ਬੰਦ ਹੀ ਰਹਿੰਦੀ ਇਹ ਬੜਾ ਤੂੰ ਸਾਲੇ ਉਹ ਸਾਲੇ ਥੱਲੇ ਪਾਣੀ ਹੈ ਜ਼ਿਆਦਾ ਹੋਇਆ ਫੇਰ ਦੂਰ ਜਾਈ ਜਾਂਦਾ ਓਏ ਸਾਲਿਆ ਆਇਆ ਛੇਤੀ ਆ ਜਿੱਦਾਂ ਮਰਜ਼ੀ ਆਇਆ ਟਾਇਰ ਕੇ ਆਇਆ ਸਾਰੀ ਪਿੰਡ ਚਲੀ ਭਾਜੀ ਝਾਲ ਮਾਰਦੇ ਬੂਟ ਸਿੱਟਦੇ ਬੂਟ ਸਿੱਟਦੇ ਬੂਟ ਨਾ ਛੱਡਦੀ ਉੱਥੇ ਉਹ ਡੂੰਗਾ ਜ਼ਿਆਦਾ ਨਾ ਹੋਵੇ ਜਸ਼ਨ ਰਹਿਣ ਦਿਓ ਅੰਦਰ ਨੂੰ ਜਾ ਰਿਹਾ ਵਾ ਇਹ ਅੰਦਰ ਨੂੰ ਆ ਰਿਹਾ ਮੈਂ ਇੱਧਰ ਆ ਰਿਹਾ ਜੀ ਸਰ ਦਾ ਯਾਰ ਸਾਲਿਆ ਕਿੱਤੀ ਮੋੜ ਦੀ ਸਾਲੇ ਨੂੰ ਸਾਲਾ ਹੁਣ ਫਿਰ ਹੀ ਸਾਲੇ ਤੇ ਸਾਲਿਆ ਜਿਵੇਂ ਹੱਥ ਮਾਰ ਕੇ ਜਹਾਜ਼ ਮੋੜਦਾ ਇੱਧਰ ਇੱਦਾਂ ਕਰ ਇੱਧਰ ਨੂੰ ਇੱਦਾਂ ਪਿੱਛੇ ਨੂੰ ਹਾਂ ਇੱਕ ਪਾਸੇ ਇੱਧਰ ਚੱਲ ਕਰੀ ਚੱਲ ਕਰੀ ਚੱਲ ਆ ਰਿਹਾ ਕਰੀ ਚੱਲ ਕਰੀ ਚੱਲ ਜਸ਼ਨ ਆ ਰਿਹਾ ਸਾਰੇ ਯੂਟਿਊਬਰ ਨਹੀਂ ਬਣਨਾ ਕਰੀ ਚੱਲ ਹੁਣ ਥੋੜ੍ਹਾ ਜਿਹਾ ਇੱਧਰੋਂ ਕਰ ਇੱਧਰੋਂ ਦੀ ਕਰ ਦੂਜੀ ਸਾਈਡ ਤੋਂ ਕਰ ਆ ਜਾ ਚੱਲ ਚੱਲ ਜਾਣਦੇ ਕਿਸ਼ਤੀ ਜਾਣਦੇ ਆ ਜਾ ਆ ਗਿਆ ਸਾਡਾ ਭਰਾ ਆ ਗਿਆ ਮੌਤ ਕੇ ਕੂਏ ਸੇ ਬਾਹਰ ਆਏ ਸਾਲੇ ਉਹਨੇ ਸਾਹ ਚ ਸਾਹ ਆਏ ਹੋਣੇ ਹੁਣ ਯੇ ਇਨਸਾਨ ਸੱਚ ਮੇ ਲਾਈਫ ਆਫ ਪਾਈਪ ਬਣਾਉਣ ਲਗਾ ਤਾ ਰੱਸੀ ਬੜੋ ਤਾਰ ਬੜੋ ਰੱਸੀ ਬੜੀ ਆ ਤੇਰੀ ਲਾਈਫ ਆਫ ਸਰਦਾਰ ਭਾਈ ਕੈਸਾ ਲਗਾ ਹੈ ਆਪਕੋ ਪਹਿਲੀ ਵਾਰ ਬਿਨਾ ਚੱਪੂ ਕੇ ਕਸ਼ਤੀ ਚਲਾ ਕਰ ਬਹੁਤ ਬਹੁਤ ਅੱਛਾ ਲਗਾ ਓਏ ਵਲੋਗ ਚ ਸੁਸਮੈ ਉਹ ਬਣ ਗਿਆ ਯਾਰ ਅੱਜ ਦਾ ਸਾਲੇ ਪਾਈ ਨਾ ਓਏ ਮੇਰੀ ਭੈਣ ਨੇ ਦੇਖ ਲੈਣਾ ਕਹਣਾ ਇਹ ਬੰਗਾ ਨੇ ਪੂਸੀਆ ਮੇਰੀ ਨਾ ਪਾ ਦਿਓ ਕਿ ਮੈਂ ਧੱਕਾ ਮਾਰਿਆ ਵਾ ਉਹ ਤੇਰੇ ਆਈ ਆ ਸਾਰੇ ਲੱਗਿਆ ਜਿਹੜਾ ਆ ਗਿਆ ਕੱਲਾ ਮੈਂ ਹੀ ਨਹੀਂ ਜਿਹੜਾ ਕਰਦੇ ਦੇਖਦੇ ਨਹੀਂ ਉਹਨਾਂ ਨੇ ਕਹਣਾ ਇਹ ਕੀ ਕੰਮ ਕਰਕੇ ਆ ਆ ਦੇਖੋ ਜੀ ਇਹ ਇਨਸਾਨ ਇਹਨਾਂ ਡੈਡੀਕੇਟਡ ਆ ਨਾ ਆਪਣੇ YouTube ਦੇ ਕੰਟੈਂਟ ਲਈ ਕੁਝ ਵੀ ਕਰੇਗਾ ਮਤਲਬ ਸ਼ੂਜ਼ ਗੰਦੇ ਹੋ ਗਏ ਵਾਈਟ ਸ਼ਰਟ ਪਾਈ ਦੇਖੋ ਸਾਰੀ ਗਿੱਲੀ ਹੈ ਨਾ ਦੋ ਬੰਦੇ ਜਾਂਦੇ ਤਾਂ ਵਧੀਆ ਚੱਪੂ ਮਾਰ ਕੇ ਆ ਜਾਣਾ ਹਾਂ ਚੱਲੀ ਚੱਲ ਚਲੋ ਓਏ ਪਰ ਇੱਥੇ ਵੀ ਪਾਣੀ ਕਾਫੀ ਡੂੰਘਾ ਸੀ ਯਾਰ ਡੰਡਾ ਸਿੱਧਾ ਹੀ ਭਰਾਵਾ ਨਾਲੇ ਰੇਤੀਲਾ ਉਹ ਆਹੋ ਕਿੰਨਾ ਕੁ ਤੈਰ ਲੈਂਦਾ ਤੂੰ ਤੇਰੇ ਪੈਰ ਤਾਂ ਜਾਣਾ ਕਿਸ਼ਤੀ ਨੇ ਸ਼ਾਮ ਤੱਕ ਲੱਗ ਜਾਣਾ ਸੀ ਖੁੰਜੇ ਤੇ ਨਹੀਂ ਲੱਗਣਾ ਸੀ ਲੱਗ ਜਾਣਾ ਯਾਰ ਹੁਣ ਸਾਲਾ ਫੇਰੀ ਜਾਣਾ ਸੀਗਾ ਪਟਕਦੀ ਆਤਮਾ ਲਾਈਫ ਆਫ ਪਾਈਪ ਉਹਨਾਂ ਨੇ ਕਿਹਾ ਯਾਰ ਕਸ਼ਤੀ ਕਿੱਦਾਂ ਚਲੋ ਸਾਲੇ ਉਹ ਫੜ ਲੈਣ ਕਿਤੇ ਦੇਖੋ ਮੈਂ ਤਾਂ ਮਜ਼ਾਕ ਚ ਕਿਹਾ ਸੀ ਫੋਟੋ ਐ ਖਿੱਚਣੀ ਆ ਇਹ ਬਸ ਕਿੱਦਾਂ ਦੇ ਦੋਸਤ ਨੇ ਸੱਚੀ ਅੱਗੇ ਭੇਜਤਾ ਦੇਖ ਲੈ ਤੈਨੂੰ ਐਕਸਪੀਰੀਅੰਸ ਕਿੰਨਾ ਵਧੀਆ ਕਰਾਇਆ ਆਪਾਂ ਗੱਲ ਐਦਾਂ ਦਾ ਐਕਸਪੀਰੀਅੰਸ ਨਾਲੇ ਤੈਨੂੰ ਸਿਖਾ ਕੇ ਵਾਪਸ ਵੀ ਲੈ ਕੇ ਆਏ ਆ ਕੋਈ ਗੱਲ ਨਹੀਂ ਐਡਾ ਦੀ ਠੀਕ ਆ ਨਾ ਜੇ ਤੂੰ ਡੁੱਬ ਜਾਂਦੇ ਨਾ ਮੈਂ ਤੈਰ ਕੇ ਲੈ ਕੇ ਆਉਂਦਾ ਤੈਨੂੰ ਤੈਰਨੇ ਤਾਂ ਆਉਂਦਾ ਨਹੀਂ ਆਉਂਦਾ ਵਾ ਯੂਨੀਵਰਸਿਟੀ 'ਚ ਸਿੱਖਿਆ ਵਾ ਹੁਣ ਉਹ ਮੈਂ ਆਪ ਸਿੱਖਿਆ ਹੋਇਆ ਪਰ ਤੈਰਨਾ ਨਹੀਂ ਸੀਗਾ ਤੈਰਨਾ ਸਿੱਖਿਆ ਉੱਥੇ ਜਦੋਂ ਚਾਹ 'ਚ ਬੈਠਾ ਸਾਲਾ ਡਰ ਗਿਆ ਨਹੀਂ ਘਬਰਾ ਤਾਂ ਗਿਆ ਸੀ ਇਹ ਓਏ ਨਹੀਂ ਨਹੀਂ ਪਹਿਲਾਂ ਮੈਨੂੰ ਯਾਰ ਇਹ ਸੀਗਾ ਵੀ ਕੱਪੜੇ ਕੁੱਪੜੇ ਹੁਣ ਲਵੇੜਨੇ ਪੈਣੇ ਸਾਰੇ ਹਾਂ ਕਿਉਂ ਤਾਂ ਕਰ ਦਿੱਤਾ ਸੀ ਆ ਗਿਆ ਫੋਨ ਦੇ ਵਲੌਗ ਸ਼ੁਰੂ ਹੈ ਚਾਲੂ ਹੈ ਸਟਾਰਟ ਹੈ ਚਾਹੇ ਬਾਰਿਸ਼ ਪੜ ਰਹੀ ਹੈ ਮੌਸਮ ਬਹੁਤ ਅੱਛਾ ਹੈ ਲੇਕਿਨ ਮਤਲਬ ਤੂਫਾਨ ਆਏ ਵਲੌਗ ਚਾਲੂ ਹੈ ਸਟਾਰਟ ਹੈ ਜੋ ਮਰਜ਼ੀ ਹੈ ਸਭ ਕੁਝ ਹੈ ਇਹ ਹਮਾਰਾ ਨਿਆ ਦੋਸਤ ਨਿਆ ਥੋੜੀ ਮੈਂ ਨਹੀਂ ਨਹੀਂ ਨਿਆ ਨਹੀਂ ਹੈ ਪੁਰਾਣਾ ਦੋਸਤ ਹੈ ਬਹੁਤ ਵਾਰ ਮੇਰੇ ਵਲੌਗ ਮੇ ਆਇਆ ਇੱਕ ਵਾਰ ਇਸਨੇ ਮੁਝੇ ਹੈਪੀ ਬਰਥਡੇ ਬੋਲਾ ਥਾ ਕਿਸਾਨ ਮੇਲੇ ਪੇ ਸਪੈਸ਼ਲ ਮਿਲ ਕੇ ਆ ਜਾ ਓਏ ਕਾਪੀਰਾਈਟ ਨਹੀਂ ਆਇਆ ਨਾ ਚਾਹੀਏ ਦੇਖੋ ਇੰਨਾ ਤੇਜ ਮੀ ਪੈ ਰਿਹਾ ਫਿਰ ਵੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਭਾਗੋ ਅਸੇ ਸਭ ਤੋਂ ਪਿੱਛੇ ਰਹਿ ਗਿਆ ਵੇ ਇਹ ਤੱਕ ਆ ਗਏ ਖੋਲੋ ਵਿੱਚ ਬੈਠੋ ਇਹ ਗਏ ਫੜ ਲੈ ਕੇ ਸੋ ਬਾਕੀ ਤੁਹਾਨੂੰ ਆਪਾਂ ਭਜਾਤੇ ਉਹ ਮਤਲਬ ਸਮਾਨ ਲੈਣ ਗਏ ਹੋਏ ਆ ਹੁਣੇ ਅਸੀਂ ਗਏ ਸੀ ਗੁਰਦੁਆਰਾ ਸੋਮਾ ਸਰ ਇੱਧਰ ਅਤੇ ਮੂੰਹ ਕਿਉਂ ਲਕੋਰਾ ਹੈ ਓਏ ਮੂੰਹ ਕਿਉਂ ਲਕੋਰਿਆ ਤੂੰ ਕਿਹੜਾ ਕਿਸੇ ਕੁੜੀ ਨਾਲ ਘੁੰਮ ਰਿਹਾ ਜਿਹੜਾ ਘਰ ਦੇ ਦੇਖ ਲੈਣਗੇ ਪੰਗਾ ਪੈ ਜੂ ਦੱਸ
ਚੱਲ ਯਾਰ ਇਹ ਨਾ ਸ਼ਾਹੀ ਬੰਦਾ ਤੇ ਲੰਗਰ ਇੰਨਾ ਸਵਾਦ ਸੀ ਨਾ, ਇੰਨਾ ਸਵਾਦ ਸੀ ਕੀ ਦੱਸੀ ਐਸੇ ਕਿੰਨਾ ਸਵਾਦ ਸੀ, ਬਹੁਤ ਜ਼ਿਆਦਾ ਤਾੜੀਆਂ। ਕਿਆ ਲਾਇਓ ਭਈਆ ਖਾਲੀ ਹੱਥ? ਅੱਛਾ ਤੁਹਾਰੇ ਪਾਸ ਸਮਾਨ ਕਿਆ ਲਾਇਓ? ਮੇਰਾ ਸਮਾਨ ਪਹਿਲਾਂ ਦੇ ਉਹ ਕਾਲੇ ਲਈ ਸੱਚਮੇ ਥੈਂਕ ਯੂ। ਓਏ ਸਾਲਿਆ ਓਏ ਇਹ ਕਿਆ ਲੜਾਈ, ਬੱਚੇ ਬੱਚੇ ਲੜ ਪਏ, ਬੱਚੇ ਲੜ ਪਏ। ਹੋਰ ਕਿਆ ਹੈ ਬਈ? ਬਸ ਲਫਾਫਾ ਹੀ ਆ ਹੁਣ। ਵੈਂਦੇ ਵੈਂਦੇ ਈਟ ਕੁਲਫੀ ਫੋਰ ਦਾ ਫਸਟ ਟਾਈਮ ਐਵਰ ਸਪੈਸ਼ਲੀ ਕੋਰਨੈਟੋ, ਮਤਲਬ ਕੱਲੀ ਕੱਲੀ ਚੀਜ਼ ਦੀ ਸਟੋਰੀਆਂ ਪਾਣੀਆਂ ਫਿਰ ਇਹਨਾਂ ਨੇ। ਯਾਰ ਮੈਂ ਸੱਚੀ ਬਹੁਤ ਜ਼ੇਰਾ ਬਾਅਦ ਖਾਧੀ ਆ, ਮੈਂ ਤਾਂ ਖਾਧੀ ਪਹਿਲੀ ਵਾਰ। ਓਦਾਂ ਮਤਲਬ ਕੁਲਫੀ ਦੇਸੀ ਲੋਕ ਏਦਾਂ ਸਟੋਰੀਆਂ ਬਣਾ ਰਿਹਾ ਉਹ ਮੌਸਮ ਮੌਸਮ ਕੁਲਫੀ ਉਹ ਨਹੀਂ ਨਹੀਂ ਕੁਲਫੀ ਨੀ ਕੋਰਨੈਟੋ ਓਕੇ। ਮੇਰੇ ਘਰ ਆ ਕੇ ਹੁਣ ਇਹ ਤਿੰਨੋਂ ਚੱਲੇ, ਮੈਨੂੰ ਵੀ ਕੋਈ ਕੰਮ ਆ ਮੈਂ ਵੀ ਜਾਵਾਂ ਤੇ ਉੱਥੇ ਕੈਮਰਾ ਲਾਊਡ ਦੀ ਇਹਨੂੰ ਪਤਾ ਹੋਊਗਾ। ਹਾਂ ਪਤਾ ਕੈਮਰਾ ਲਾਊਡ ਨਹੀਂ ਹੈਗਾ, ਨਹੀਂ ਹੈਗਾ ਉਹ ਅਲਾਊਡ ਆਉਂਦਾ ਕੋਈ ਇਦਾਂ ਵਲੌਗਿੰਗ ਨਹੀਂ ਕਰ ਸਕਦੇ, ਨਹੀਂ ਕੈਮਰੇ ਨਹੀਂ ਲਾਊਡ, ਫੋਟੋਗ੍ਰਾਫੀ ਵੀ ਨਹੀਂ ਲਾਊਡ ਉੱਥੇ। ਮੈਂ ਖਿੱਚੀਆਂ ਨੇ ਅਲਾਊਡ ਨਹੀਂ ਨਾ ਹੈਗੀ, ਪਰ ਉਹ ਕੈਮਰਾ ਪਰ ਉਹ ਥੋੜਾ ਏਰੀਆ ਇਦਾਂ ਦਾ ਕਿ ਆਪਾਂ ਉੱਥੇ ਫਾਲਤੂ ਦੇ ਕੰਮ ਵੀ ਨਹੀਂ ਕਰਨੇ, ਸੋ ਮਿਲਟਰੀ ਏਰੀਆ ਨਹੀਂ ਤਾਂ ਅੰਦਰ ਹੋਣਾ ਹੈ ਤੁਹਾਡੇ ਚੱਕਰਾਂ 'ਚ, ਅੰਦਰ ਜਾਓ ਓਏ ਉੱਥੇ ਵਲੌਗਿੰਗ ਵਾਲਾ ਕੋਈ ਇਹਨਾਂ ਦੇ ਚੱਕਰਾਂ 'ਚ ਮਿਲਟਰੀ ਕੰਟੀਨ ਚਲੋ ਚੱਲੀਏ ਘਰ ਨੂੰ, ਪਰ ਅੰਦਰ ਫੋਨ ਅਲਾਊਡ ਨਹੀਂ ਸੀ ਜਮਾਂ ਵੀ। ਅਭੀ ਅਭੀ ਘਰ ਪਹੁੰਚੇ ਐਂਡ ਮੈਂ ਇੱਕ ਬਾਤ ਬੋਲਣਾ ਚਾਹੂੰਗਾ, 3:30 ਵਹਾਂ ਪਰ ਪਹੁੰਚੇ ਥੇ ਔਰ ਮਤਲਬ 4:30 ਕੇ ਆਸ ਪਾਸ ਨਹੀਂ 3:30 ਵਹਾਂ ਪਰ ਪਹੁੰਚੇ ਥੇ ਹਮ ਔਰ ਲਾਈਕ 45 ਮਿੰਟ ਮੈਂ ਸਾਰਾ ਸਮਾਨ ਸਮੂਨ ਲੈ ਕੇ ਬਿੱਲ ਵਗੈਰਾ ਕਟਵਾ ਕੇ ਮੇਜਰ ਟਾਈਮ ਬਿੱਲ ਕਟਵਾਉਣੇ ਮੈਂ ਲੱਗਾ ਲਾਈਕ 15-25 ਮਿੰਟ ਤੱਕ ਲੱਗੇ ਔਰ ਇਹ ਸਭ ਕੰਮ ਕਰਵਾ ਕੇ ਬਾਹਰ ਨਿਕਲ ਆਏ ਥੇ। ਲੇਕਿਨ ਮੈਂ ਡੈਫੀਨੇਟਲੀ ਕਹਿ ਸਕਦਾ ਅਗਰ ਸਾਥ ਮੇਂ ਕੋਈ ਲੜਕੀ ਵੜਕੀ ਗਈ ਹੋਤੀ ਨਾ ਲਾਈਕ ਮਦਰਸ ਆਂਟੀਜ਼ ਐਂਡ ਰਿਸ਼ਤੇਦਾਰ ਐਕਸੈਟਰਾ ਸਿਸਟਰਸ ਇਹ ਸਭ ਨਾ ਸਮਾਨ ਚੁਣਨੇ ਮੈਂ ਬਹੁਤ ਟਾਈਮ ਲਗਾਤਾ, ਇਸ ਲਈ ਪ੍ਰੈਫਰ ਕਰੋ ਸ਼ੋਪਿੰਗ ਜਾਓ ਅਕੇਲੇ ਜਾਓ। ਓਕੇ ਸੋ ਉਹ ਤੋਂ ਬਾਅਦ ਮੈਂ ਆਇਆ ਘਰ, ਘਰ ਆ ਕੇ ਸਾਰਾ ਸਮਾਨ ਸਮੂਨ ਟਕਾਇਆ ਬਿਕੋਜ਼ ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ, ਮੈਂ ਨਹੀਂ ਕਰਦਾ ਅਤੇ ਉਹ ਸਭ ਕਰਨ ਤੋਂ ਬਾਅਦ ਫੂਡ ਔਡਰ ਕੀਤਾ, ਫੂਡ ਖਾ ਰਿਹਾ ਹੁਣ ਠੀਕ ਆ। ਅਤੇ ਹੁਣ ਵਲੌਗ ਦਾ ਐਂਡ ਕਰ ਰਿਹਾ, ਅੱਜ ਘੱਟੋ ਘੱਟ 2 ਵਲੌਗ ਐਡਿਟ ਕਰਕੇ ਸੋਣਾ ਵਾ ਅਤੇ ਅਪਲੋਡ ਵੀ ਕਰਨੇ ਆ, ਪਤਾ ਨਹੀਂ ਕਿੱਦਾਂ ਕਰਨੇ ਆ ਹੁਣ ਟਾਈਮ ਕੀ ਹੋਇਆ। ਓਕੇ ਸੋ 7 ਵੱਜਣ ਵਾਲੇ ਆ, 2 ਵੀਡੀਓਜ਼ ਐਡਿਟ ਕਰਕੇ ਸੋਊਂਗਾ ਬਿਕੋਜ਼ ਕੱਲ੍ਹ ਵੀ 2 ਵੀਡੀਓ ਐਡਿਟ ਕਰੂੰਗਾ ਤਾਂ ਜਾ ਕੇ ਗੁਜ਼ਾਰਾ ਹੋਣਾ, ਸ਼ੂਟ ਕੀਤੀਆਂ ਪਈਆਂ। ਆਈ ਹੋਪ ਯੂ ਪੀਪਲ ਲਵ ਦਿਸ ਵੀਡੀਓ, ਬਟ ਜਿਹੜੀ ਬੋਟ ਵਾਲੀ ਕਲੋਲ ਹੋਈ ਨਾ, ਮਤਲਬ ਬੋਟ ਵਾਲੀ ਕਲੋਲ ਸੱਚੀ ਨੈਕਸਟ ਲੈਵਲ ਸੀਗੀ, ਮੈਂ ਹੋਪ ਨਹੀਂ ਕੀਤਾ ਸੀ ਮੈਨੂੰ ਤਾਂ ਸੱਚੀ ਧੱਕਾ ਮਾਰ ਦੇਣਗੇ, ਮੈਂ ਤਾਂ ਉਹਦੇ ਮਜ਼ਾਕ ਮਜ਼ਾਕ 'ਚ ਉੱਤੋਂ ਉਹਨਾਂ ਨੇ ਧੱਕਾ ਵੀ ਇੰਨੀ ਜ਼ੋਰ ਦੀ ਮਾਰਿਆ ਮੁੜ ਕੇ, ਕਹਿੰਦੇ ਰੱਸੀ ਵੀ ਨਹੀਂ ਸੀਗੀ ਉੱਥੇ ਕੋਈ ਆਲੇ ਦੁਆਲੇ ਅਤੇ ਨਾ ਕੁਝ ਹੋਰ ਸੀਗਾ ਬਸ। ਚਲੋ ਹੋਪ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ, ਜੇ ਨਹੀਂ ਵਧੀਆ ਲੱਗਿਆ ਤਾਂ ਵੀ ਬੋਟ ਵਾਲੀ ਕਲੋਲ ਕਰਕੇ ਤਾਂ ਯਾਰ ਕਰ ਦਿਓ ਯਾਰ ਲਾਈਕ। ਐਂਡ ਆਈ ਥੈਂਕ ਯੂ ਡੈਡ ਸਪੈਸ਼ਲੀ ਬਿਕੋਜ਼ ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਸਵਿਮਿੰਗ 'ਚ ਲੱਗ, ਉਹਨਾਂ ਨੇ ਮੈਨੂੰ ਫੋਰਸ ਕੀਤਾ ਸੀ ਜੇ ਅੱਜ ਬਾਏ ਚਾਂਸ ਮੇਰਾ ਦਿਮਾਗ ਨਾ ਚੱਲਦਾ ਜਾਂ ਬੋਟ ਪਲਟ ਪੁਲਟ ਜਾਂਦੀ ਜਾਂ ਕੁਛ ਹੋਰ ਕੰਮ ਹੋ ਜਾਂਦਾ ਤਾਂ ਮੈਂ ਡੁੱਬ ਸਕਦਾ ਸੀਗਾ ਉੱਥੇ, ਬਿਕੋਜ਼ ਪਾਣੀ ਗਹਿਰਾ ਸੀਗਾ ਲਾਈਕ 12-13 ਫੁੱਟ ਸੀਗਾ ਅਤੇ ਥੱਲੇ ਰੇਤੀਲਾ ਸੀਗਾ ਸਾਰਾ ਦਲਦਲ ਟਾਈਪ ਠੀਕ ਆ। ਅਤੇ ਆਈ ਜਸਟ ਥੈਂਕ ਯੂ ਡੈਡ ਕਿ ਉਹਨਾਂ ਨੇ ਮੈਨੂੰ ਸਵਿਮਿੰਗ 'ਤੇ ਲਾਇਆ, ਜਿੰਨੀ ਮਾੜੀ ਮੋਟੀ ਆਈ ਆ ਉਹਨਾਂ ਮੈਂ ਬਾਹਰ ਤਾਂ ਨਿਕਲ ਸਕਦਾ ਸੀਗਾ, ਸੋ ਲਵ ਯੂ ਡੈਡ ਥੈਂਕ ਯੂ। ਤੁਹਾਡੀ ਕਈ ਅੱਗੇ ਤੋਂ ਗੱਲਾਂ 'ਤੇ ਗੌਰ ਕਰਿਆ ਕਰਾਂਗੇ, ਲਵ ਯੂ। ਆਹ ਬੰਦਾ ਸਾਡਾ ਹੋਆ ਕੀ ਕਹਿੰਦੇ ਹੁੰਦੇ, ਉਹ ਗਿਆ ਉਹ ਗਿਆ ਉਹ ਗਿਆ ਦੇਖ ਦੇਖ।